होम ग्लोबल जिसनों इंट्रोड्यूस करने लिए सिर्फ नाम ही काफी है। सेमिनार दे विच जेड़ा भी बच्चा इनरोल करेगा ओम ग्लोबल ओदी एम्बेसी फीस देगा कॉलेज फीस देगा और सारे पैसे उदो लेगा जो बच्चे का वीजा ग्रांट हो जाएगा। ओम ग्लोबल की सारी ब्रांचेस दे विच 16 तरीक चंडीगढ़ 17 तरीक बठिंडा 19 तरीक जलंधर 20 तरीक अमृतसर दे विच सेमिनार होने जा रहा है। असी कैनेडा स्पाउस वीजा वास्ते काम किया वीजे लवाए है रीसेंट वीजा मैं दिखाना चाहूंगा रीसेंट वीजा ने सारे की रीसेंट वीजा है। एजेंट नॉर्मली कहता जी 6 महीने बाद बच्चा जाऊगा पहला एक स्टूडेंट जाएगा दैन उसका स्पाउस 6 महीने बाद जाएगा। ओम ग्लोबल तुहाडा स्पाउस वीजा लवा के देगा दोनों कट्ठे सेम जहाज च ट्रैवल कराणगे कट्ठे इको दिन ट्रैवल कर रहे ने ते बहुत घट खर्चे विच कर रहे ने। सर कोई रिफ्यूजल भी लगी इन्हां दी मल्टीपल टाइम बच्चा रिफ्यूज है उन्हां दे भी असी वीजा ले है। मल्टीपल किन्ने मल्टीपल देखो ये ऐसे वीजा है कि यह वीजा है कि 6 रिफ्यूजल्स तो बाद आया 6 रिफ्यूजल्स तो बाद आया यह वीजा जेड़ा है 8 रिफ्यूजल तो बाद आया। ਤੁਸੀਂ ਕਿਹਾ ਕਿ 6 ਮਹੀਨੇ ਦੀ ਫੀਸ ਭਰ ਕੇ ਇਹ ਕਿਉਂ ਕੈਨੇਡਾ ਨੇ ਤਾਂ ਕਿਹਾ ਸੀ ਸਾਲ ਦੀ ਫੀਸ ਭਰ ਕੇ ਜਾਣਾ ਤੇ ਲੋਕ ਕਹਿੰਦੇ ਸੀ ਕਿ ਸਪਾਊਸ ਵੀਜ਼ਾ ਨਹੀਂ ਲੱਗਦੇ ਅਸੀਂ ਰਿਸਰਚ ਕੀਤੀ ਹੈ ਸਾਡੀ ਨੌਲੇਜ ਹੈ ਇਨਫੋਰਮੇਸ਼ਨ ਹੈ ਔਰ ਮਿਹਨਤ ਹੈ 6 ਮਹੀਨੇ ਦੀ ਫੀਸ ਉਦੋਂ ਦੇਣੀ ਹੈ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ। ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਕਰਨਦੀਪ ਕੌਰ ਅੱਜ ਰੂਬਰੂ ਹੋਈਆਂ ਓਮ ਗਲੋਬਲ ਜਿਸ ਨੂੰ ਇੰਟਰੋਡਿਊਸ ਕਰਨ ਲਈ ਸਿਰਫ ਨਾਮ ਹੀ ਕਾਫੀ ਹੈ। ਪੰਜਾਬ ਦੀ ਮੰਨੀ ਪਰ ਮੰਨੀ ਕੰਪਨੀ ਵਿੱਚ ਆਏ ਆ ਇਹ ਪਤਾ ਕਰਨ ਲਈ ਕਿ ਪਿਛਲੇ ਦਿਨਾਂ ਵਿੱਚ ਇਹਨਾਂ ਨੇ ਬਹੁਤ ਸਾਰੀ ਐਡ ਕੀਤੀ ਸਪਾਊਸ ਵੀਜ਼ਾ ਨੂੰ ਲੈ ਕੇ ਕੈਨੇਡਾ ਸਪਾਊਸ ਵੀਜ਼ਾ। ਇਹਨਾਂ ਨੇ ਦੱਸਿਆ ਕਿ ਬਹੁਤ ਘੱਟ ਖਰਚੇ ਵਿੱਚ ਜਾ ਸਕਦੇ ਆ 6 ਮਹੀਨੇ ਦੀ ਫੀਸ ਭਰ ਕੇ ਜਾ ਸਕਦੇ ਆ। ਅੱਜ ਅਸੀਂ ਇੱਥੇ ਪਤਾ ਕਰਨ ਆਏ ਕਿ ਕਿੰਨੀ ਕੁ ਸੱਚਾਈ ਹੈ ਤੇ ਕੀ ਵੀਜ਼ਾ ਲਗਵਾਇਆ ਵੀ ਹੈ ਕਿ ਨਹੀਂ ਲਗਵਾਇਆ। ਸਾਡੇ ਨਾਲ ਹਾਜ਼ਰ ਹਨ ਮਿਸਟਰ ਏਕੇ ਸੰਧੂ ਵੀਜ਼ਾ ਐਕਸਪਰਟ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਸਰ ਤੁਹਾਡਾ ਬਹੁਤ ਬਹੁਤ। ਥੈਂਕ ਯੂ ਜੀ। ਹਾਂਜੀ ਸਰ ਅਸੀਂ ਇੱਥੇ ਪਤਾ ਕਰਨ ਆਏ ਆ ਕਿ ਕੋਈ ਵੀਜ਼ਾ ਵੀ ਲਗਵਾਇਆ ਆ ਬਹੁਤ ਸਾਰੀਆਂ ਐਡਸ ਦੇਖੀਆਂ ਤੁਹਾਡੀਆਂ ਸਟੱਡੀ ਸਪਾਊਸ ਵੀਜ਼ਾ ਲੈ ਕੇ ਕੈਨੇਡਾ ਸਪਾਊਸ ਵੀਜ਼ਾ ਨੂੰ ਲੈ ਕੇ ਕੀ ਇਹਦੇ ਪਿੱਛੇ ਰਾਜ਼ ਹੈ ਤੁਸੀਂ ਕਿਉਂ ਪ੍ਰਮੋਟ ਕਰ ਰਹੇ ਹੋ ਨਾ ਸਾਰਾ। ਦੇਖੋ ਮੈਮ ਨਾਰਮਲੀ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਕੈਨੇਡਾ ਜਦੋਂ ਕੋਈ ਵੀ ਜਾਂਦਾ ਸੋ ਕਾਫੀ ਬੱਚੇ ਐਸੇ ਹੈ ਕਿ ਲਾਈਕ ਕਾਈਂਡ ਆਫ ਬਿਆੰਤ ਕਿ ਉਹ ਵਾਲਾ ਕੇਸ ਹੋ ਗਿਆ ਜਾਂ ਹੋਰ ਹੈ ਕਿ ਮੈਰਿਜ ਹੋਈ ਕੁੜੀ ਚਲ ਗਈ ਉਹਨੇ ਮੁੰਡੇ ਨੂੰ ਨਹੀਂ ਬੁਲਾਇਆ ਸੋ ਲੋਕ ਜਿਹੜੇ ਹੈ ਖੁਦਕੁਸ਼ੀ ਕਰਨ ਤੱਕ ਆ ਗਏ ਸੋ ਉਹ ਚੀਜ਼ ਦੇ ਉੱਤੇ ਥੋੜ੍ਹੀ ਜਿਹੀ ਕਲੈਰਿਟੀ ਲੈਣਾ ਚਾਹੁੰਦੇ ਕਿ ਅਸੀਂ ਕੈਨੇਡਾ ਸਪਾਊਸ ਵੀਜ਼ਾ ਵਾਸਤੇ ਕੰਮ ਕੀਤਾ ਵੀਜ਼ੇ ਲਵਾਏ ਹੈ ਰੀਸੈਂਟ ਵੀਜ਼ਾਸ ਮੈਂ ਦਿਖਾਉਣਾ ਚਾਹੂੰਗਾ ਰੀਸੈਂਟ ਵੀਜ਼ਾਸ ਨੇ ਸਾਰੇ ਕਿ ਰੀਸੈਂਟ ਵੀਜ਼ਾਸ ਹੈ ਤੁਸੀਂ ਦੇਖ ਸਕਦੇ ਹੋ ਸੋ ਇਹ ਉਹ ਵੀਜ਼ਾਸ ਨੇ ਜਿਹੜੇ ਰੀਸੈਂਟਲੀ ਕੈਨੇਡਾ ਦੇ ਗ੍ਰਾਂਟ ਹੋਏ ਆ ਜਿਹਦੇ ਵਿੱਚ ਸਪਾਊਸ ਵੀਜ਼ਾਸ ਨੇ ਜਦੋਂ ਕਿਸੇ ਵੀ ਏਜੰਟ ਕੋਲੋਂ ਤੁਸੀਂ ਐਪਲੀਕੇਸ਼ਨਸ ਆਪਣੀ ਪ੍ਰੋਸੈਸ ਕਰਦੇ ਹੋ ਸੋ ਏਜੰਟ ਨਾਰਮਲੀ ਕਹਿੰਦਾ ਜੀ 6 ਮਹੀਨੇ ਬਾਅਦ ਬੱਚਾ ਜਾਊਗਾ ਪਹਿਲਾਂ ਇੱਕ ਸਟੂਡੈਂਟ ਜਾਏਗਾ ਦੈਨ ਉਸਦਾ ਸਪਾਊਸ 6 ਮਹੀਨੇ ਬਾਅਦ ਜਾਏਗਾ। ਓਮ ਗਲੋਬਲ ਤੁਹਾਡਾ ਸਪਾਊਸ ਵੀਜ਼ਾ ਲਵਾ ਕੇ ਦੇਗਾ ਦੋਨਾਂ ਨੂੰ ਇਕੱਠੇ ਸੇਮ ਜਹਾਜ਼ 'ਚ ਟਰੈਵਲ ਕਰਾਣਗੇ ਸੋ ਬਿਲਕੁਲ ਸਪਾਊਸ ਵੀਜ਼ਾਸ ਇਸ ਤਰੀਕੇ ਨਾਲ ਲੱਗਦੇ ਆ ਜੀ ਇਕੱਠੇ ਇੱਕੋ ਦਿਨ ਟਰੈਵਲ ਕਰ ਰਹੇ ਨੇ ਤੇ ਬਹੁਤ ਘੱਟ ਖਰਚੇ ਵਿੱਚ ਕਰ ਰਹੇ ਨੇ ਸਰ ਕੋਈ ਰਿਫਿਊਜ਼ਲ ਵੀ ਲੱਗੀ ਇਹਨਾਂ ਦੀ। ਦੇਖੋ ਕੋਈ ਖਾਸ ਇੱਦਾਂ ਦੀ ਪੈਰਾਮੀਟਰਸ ਨਹੀਂ ਹੈਗੇ ਸੋ ਕਾਫੀ ਇੱਦਾਂ ਦੇ ਵੀਜ਼ਾਸ ਵੀ ਹੈ ਜਿਹੜੇ ਰਿਫਿਊਜ਼ਲਸ ਤੋਂ ਬਾਅਦ ਵੀ ਆਏ ਆ ਸੋ ਮਲਟੀਪਲ ਟਾਈਮ ਬੱਚਾ ਰਿਫਿਊਜ਼ ਹੈ ਉਹਨਾਂ ਦੇ ਵੀ ਅਸੀਂ ਵੀਜ਼ਾਸ ਲਏ ਆ। ਮਲਟੀਪਲ ਕਿੰਨੇ ਮਲਟੀਪਲ ਦੇਖੋ ਇਹਦੇ ਵਿੱਚ ਐਸੇ ਵੀਜ਼ਾਸ ਹੈ ਕਿ ਇਹ ਵੀਜ਼ਾ ਹੈਗਾ ਕਿ 6 ਰਿਫਿਊਜ਼ਲਸ ਤੋਂ ਬਾਅਦ ਆਇਆ 6 ਰਿਫਿਊਜ਼ਲਸ ਤੋਂ ਬਾਅਦ ਆਇਆ ਇਹ ਵੀਜ਼ਾ ਜਿਹੜਾ ਹੈਗਾ 8 ਰਿਫਿਊਜ਼ਲ ਤੋਂ ਬਾਅਦ ਆਇਆ। ਮਾਫ ਕਰਨਾ ਸਰ ਮੈਂ ਆਪ ਦੇਖ ਲਵਾਂ ਇੱਕ ਵਾਰ। ਹਾਂ ਬਿਲਕੁਲ ਠੀਕ ਹੈ ਔਰ ਇਹ ਵੀਜ਼ਾ ਜਿਹੜਾ 11 ਰਿਫਿਊਜ਼ਲਸ ਤੋਂ ਬਾਅਦ ਆਇਆ ਠੀਕ ਹੈ ਜੀ ਮਲਟੀਪਲ ਵੀਜ਼ਾ ਹੀ ਹੈ ਤੇ ਕੈਨੇਡਾ ਦਾ ਸਟੱਡੀ ਵੀਜ਼ਾ ਸਪਾਊਸ ਵੀਜ਼ਾ ਹੀ ਹੈ। ਸਰ ਮੈਂ ਇੱਕ ਸਵਾਲ ਕਰਨਾ ਚਾਹੂੰਗੀ ਕਿ ਸਰ ਤੁਸੀਂ ਕਿਹਾ ਕਿ 6 ਮਹੀਨੇ ਦੀ ਫੀਸ ਭਰ ਕੇ ਇਹ ਕਿਉਂ ਕੈਨੇਡਾ ਨੇ ਤਾਂ ਕਿਹਾ ਸੀ ਸਾਲ ਦੀ ਫੀਸ ਭਰ ਕੇ ਜਾਣਾ ਤੁਸੀਂ ਕਹਿ ਰਹੇ ਹੋ 6 ਮਹੀਨੇ ਦੀ ਫੀਸ ਭਰ ਕੇ ਵੀ ਬੱਚਾ ਜਾ ਸਕਦਾ ਹੈ ਤਾਂ ਇਹ ਕਿਉਂ। ਦੇਖੋ ਸਿੰਪਲ ਜੀ ਚੀਜ਼ ਹੈ ਸਾਨੂੰ ਰਿਸਰਚ ਕਰਨੀ ਪੈਂਦੀ ਉਸ ਚੀਜ਼ ਦੇ ਉੱਤੇ ਲੋਕ ਕਹਿੰਦੇ ਸੀ ਕਿ ਸਪਾਊਸ ਵੀਜ਼ਾ ਨਹੀਂ ਲੱਗਦੇ ਅਸੀਂ ਰਿਸਰਚ ਕੀਤੀ ਹੈ ਸਾਡੀ ਨੌਲੇਜ ਹੈ ਇਨਫੋਰਮੇਸ਼ਨ ਹੈ ਔਰ ਮਿਹਨਤ ਹੈ ਜਿਹਦੇ ਵਿੱਚ ਅਸੀਂ ਸਪਾਊਸ ਵੀਜ਼ਾ ਲੈ ਲਿਆ ਤੇ ਪੰਜਾਬ 'ਚ ਪਹਿਲੀ ਕੰਪਨੀ ਹੈ ਜਿਹੜੀ ਔਨਲਾਈਨ ਹਰ ਇੱਕ ਪਲੇਟਫਾਰਮ ਦੇ ਉੱਤੇ ਪ੍ਰੋਮੋਸ਼ਨ ਕਰ ਰਹੀ ਹੈ ਸਪਾਊਸ ਵੀਜ਼ਾਸ ਰੀਸੈਂਟ ਦਿਖਾ ਰਹੇ ਹਾਂ ਸੇਮ ਪੈਟਰਨ ਦੇ ਉੱਤੇ ਅਸੀਂ ਕੰਮ ਕੀਤਾ 6 ਮਹੀਨੇ ਦੀ ਫੀਸ ਭਰ ਕੇ ਬੱਚਾ ਕੈਨੇਡਾ ਦਾ ਵੀਜ਼ਾ ਹਾਸਲ ਕਰ ਸਕਦਾ ਔਰ ਇਹ 6 ਮਹੀਨੇ ਦੀ ਫੀਸ ਉਦੋਂ ਦੇਣੀ ਹੈ ਜਦੋਂ ਤੁਹਾਡਾ ਵੀਜ਼ਾ ਗ੍ਰਾਂਟ ਹੋ ਜਾਏਗਾ। ਠੀਕ ਹੈ ਸਰ ਤੁਸੀਂ ਕਿਹਾ ਕਿ ਰਿਫਿਊਜ਼ਲ ਕੇਸਿਸ ਵੀ ਅਪਲਾਈ ਕਰ ਸਕਦੇ ਤੇ ਜਿਹੜੇ ਬੱਚੇ ਰਿਫਿਊਜ਼ਲਸ ਵਾਲੇ ਨੇ ਹਨਾ ਉਹਨਾਂ ਨੇ ਕਿੰਨਾ ਪੈਸਾ ਬਰਬਾਦ ਕੀਤਾ ਹੋਏਗਾ ਤੇ ਜਿਨ੍ਹਾਂ ਨੇ ਇੰਨਾ ਪੈਸਾ ਬਰਬਾਦ ਕੀਤਾ ਉਹ ਦੁਬਾਰਾ ਕਿੰਨੀ ਕੁ ਫੀਸ ਦੇ ਸਕਦੇ ਨੇ। ਦੇਖੋ ਜੀ 6 ਮਹੀਨੇ ਦੀ ਫੀਸ ਭਰ ਕੇ ਬੱਚਾ ਵੀਜ਼ਾ ਹਾਸਲ ਕਰ ਸਕਦਾ ਔਰ ਇਹ ਪੈਸੇ ਉਦੋਂ ਦੇਣੇ ਜਦੋਂ ਤੁਹਾਡਾ ਵੀਜ਼ਾ ਲੱਗ ਜਾਊਗਾ। ਸੈਮੀਨਾਰ ਦੇ ਵਿੱਚ ਜਿਹੜਾ ਵੀ ਬੱਚਾ ਇਨਰੋਲ ਕਰੇਗਾ ਓਮ ਗਲੋਬਲ ਉਹਦੀ ਐਮਬੈਸੀ ਫੀਸ ਦੇਗਾ ਕਾਲਜ ਫੀਸ ਦੇਗਾ ਔਰ ਸਾਰੇ ਪੈਸੇ ਉਦੋਂ ਲੇਗਾ ਜਦੋਂ ਬੱਚੇ ਦਾ ਵੀਜ਼ਾ ਗ੍ਰਾਂਟ ਹੋ ਜਾਏਗਾ। ਠੀਕ ਹੈ ਸਰ ਤੁਸੀਂ ਉਹਨਾਂ ਬੱਚਿਆਂ ਵਾਸਤੇ ਵੀ ਕੁਝ ਲੈ ਕੇ ਆ ਰਹੇ ਹੋ ਜਿਹੜੇ ਹੁਣ ਫੀਸ ਭਰਨ ਦੇ ਯੋਗ ਨਹੀਂ ਹੈਗੇ। ਦੇਖੋ ਅਸੀਂ ਕੈਨੇਡਾ ਸਟੂਡੈਂਟ ਵੀਜ਼ਾ ਸੈਮੀਨਾਰ ਕਰਨ ਜਾ ਰਹੇ ਹਾਂ ਜਿੱਦਾਂ ਇਹ ਬੱਚਿਆਂ ਦੇ ਵੀਜ਼ਾਸ ਲਏ ਆ ਸਟੂਡੈਂਟ ਲਏ ਆ ਸਪਾਊਸ ਲਏ ਆ ਰਿਫਿਊਜ਼ਲਸ ਤੋਂ ਬਾਅਦ ਵੀਜ਼ਾ ਲਏ ਆ ਸੋ ਅਗਰ ਇਹ ਬੱਚਿਆਂ ਦੇ ਵੀਜ਼ਾਸ ਲੱਗ ਸਕਦੇ ਸੋ ਓਵਰਆਲ ਪੰਜਾਬ ਨੂੰ ਅਸੀਂ ਕਵਰ ਕਰਨ ਜਾ ਰਹੇ ਹਾਂ ਕਿ ਓਮ ਗਲੋਬਲ ਦੀ ਸਾਰੀ ਬ੍ਰਾਂਚੇਸ ਦੇ ਵਿੱਚ 16 ਤਰੀਕ ਚੰਡੀਗੜ੍ਹ 17 ਤਰੀਕ ਬਠਿੰਡਾ 19 ਤਰੀਕ ਜਲੰਧਰ ਤੇ 20 ਤਰੀਕ ਅੰਮ੍ਰਿਤਸਰ ਦੇ ਵਿੱਚ ਸੈਮੀਨਾਰ ਹੋਣ ਜਾ ਰਿਹਾ ਜਿਸ ਵਿੱਚ ਕਾਲਜ ਦੇ ਨੁਮਾਇੰਦਿਆਂ ਨੂੰ ਤੁਸੀਂ ਔਨ ਦੀ ਸਪੋਟ ਮਿਲ ਕੇ ਔਨ ਦੀ ਸਪੋਟ ਆਫਰ ਲੈਟਰ ਹਾਸਲ ਕਰ ਸਕਦੇ ਹੋ। ਸਭ ਤੋਂ ਵੱਡੀ ਗੱਲ ਕੈਨੇਡਾ ਦੇ ਕਾਲਜ 'ਚ ਆਲਮੋਸਟ ਜਨਵਰੀ ਔਰ ਮਈ ਇਨਟੇਕ ਹੈ ਸਪਤੰਬਰ ਇਨਟੇਕ ਦਾ ਬੱਚਾ ਦਾਖਲਾ ਲੈ ਸਕਦਾ ਇੱਕ ਹਫ਼ਤੇ 'ਚ ਫਾਈਲ ਬੱਚੇ ਦੀ ਐਮਬੈਸੀ ਦੇ ਵਿੱਚ ਲੌਂਚ ਕਰਾਂਗੇ। ਸਪਤੰਬਰ ਇਨਟੇਕ ਬਾਕੀ ਹੈ ਹਜੇ ਜੀ
बिल्कुल ओम ग्लोबल को सितंबर इनटेक अवेलेबल हैगा। तुसी टोरंटो जाना चाहते हो, अल्बर्टा कैलगरी जाना चाहते हो, ब्रिटिश कोलंबिया वैनकूवर जाना चाहते हो, साडे कोल हजे भी सीट्स अवेलेबल है। चाहे मास्टर्स की है बच्चे ने, बैचलर्स है, प्लस टू आर्ट्स कॉमर्स मैडिकल या नॉन मैडिकल, हर एक स्टूडेंट लिए साडे कोल ऑप्शनस है सितंबर इनटेक दे विच। और फीस बच्चा उदो देगा जदों बच्चे का वीज़ा लगे। सो सर तुसी बहुत वधिया काम कर रहे हो, तुसी कहा कि 6 महीने की फीस भर के भी बच्चा जा सकता है, हुण कोई भी खतरा नहीं होएगा कि तुहाडा पार्टनर तुहानू बाहर जाके सददा है कि नहीं सददा। हुण इक्को दिन स्पाउस वीज़ा ते कपल जा सकता है, इक्को दिन ट्रैवल करके इक्को जहाज दे विच। सर तुसी कहा कि सेमिनार्स करवा रहे हो, इहदे वास्ते तुसी उहनां नूं कुछ दसना चाहोगे साडे दर्शकां नूं? देखो सेमिनार्स जिहड़े आ इहदे विच खास चीज़ रहेगी कि कॉलेजेस दे रिप्रेजेंटेटिव्स आ रहे हैं, कि कैनेडा दे कॉलेजां दे नुमाइंदे साडे आपदे ऑफिसिस दे विच आ रहे, जिस विच 16 तरीक चंडीगढ़, 17 तरीक बठिंडा, 19 तरीक जलंधर ते 20 तरीक अमृतसर ऑफिस दे विच, जिस विच तुसी कॉलेज दे रिप्रेजेंटेटिव नूं मिल सकते हो, मौके ते अपनी असैसमेंट करा के ऑफर लैटर हासिल कर सकते हो, एक हफ्ते च फाइल अपनी एम्बेसी च पहुँचा सकते हो, ते फीस दे सकते हो वीज़ा लगन तो बाद। जे तुसी सिंगल हो, ਵਿਆਹ ਹੋਏ ਹੋ, ਸਪਾਊਸ ਵੀਜ਼ਾ 'ਤੇ ਨਾਲ ਜਾਣਾ ਚਾਹੁੰਦੇ ਹੋ, ਜਾਂ ਬਾਰ ਬਾਰ ਆਪਣੀ ਫਾਈਲ ਨੂੰ 8-10 ਵਾਰ ਰਿਫਿਊਜ਼ ਕਰਾ ਲਈ ਹੈ, ਅਗੇਨ ਹੁਣ ਪੈਸੇ ਦਾ ਡਰ ਹੈ ਕਿ ਖਰਾਬ ਨਾ ਹੋ ਜਾਏ, ਓਮ ਗਲੋਬਲ ਤੁਹਾਨੂੰ 6 ਮਹੀਨੇ ਦੀ ਫੀਸ ਭਰ ਕੇ ਕੈਨੇਡਾ ਭੇਜੇਗਾ। 9161961167 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਸਕਦੇ ਹੋ, ਜਾਂ ਫਿਰ ਸਾਡੀ ਬ੍ਰਾਂਚਾਂ ਦੇ ਵਿੱਚ ਡੇਟਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਅਤੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ। ਸੋ ਜੇ ਤੁਸੀਂ ਵੀ ਸਿੰਗਲ ਹੋ, ਸਪਾਊਸ ਹੋ ਜਾਂ ਫਿਰ ਨਵੇਂ ਵਿਆਹੇ ਹੋਏ ਹੋ, ਤੁਸੀਂ ਵੀ ਅਪਲਾਈ ਕਰ ਸਕਦੇ ਹੋ ਆਪਣਾ ਵੀਜ਼ਾ ਓਮ ਗਲੋਬਲ ਦੇ ਨਾਲ, ਸਾਰੀ ਫੀਸ ਦੇ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ ਸਿਰਫ 6 ਮਹੀਨੇ ਦੀ ਫੀਸ ਭਰ ਕੇ। ਸੋ ਜੀ ਆਓ ਓਮ ਗਲੋਬਲ ਦੇ ਵਿੱਚ ਅਤੇ ਆਪਣਾ ਵੀਜ਼ਾ ਲਗਵਾਓ। ਥੈਂਕ ਯੂ।